ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। 5 ਵਿਧਾਨ ਸਭਾ ਸੂਬਿਆਂ ਦੇ ਵਿੱਚ ਲੋਕ ਸਭਾ ਮੈਂਬਰ ਜਿੱਤਣ ਵਾਲੇ ਮੈਂਬਰਾਂ ਨੂੰ ਹੁਣ ਛੱਡਣੀ ਪਏਗੀ ਪਾਰਲੀਮੈਂਟ। 21 ਜਾਣੇ ਲੜੇ ਸੀ, 12 ਜਾਣੇ ਜਿੱਤੇ, 11 ਵੱਲੋਂ ਹੁਣ ਤੱਕ ਅਸਤੀਫਾ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਦੇ ਵਿੱਚ ਪੜ੍ਹੀ ਗਈ ਨਹਿਰੂ ਦੀ ਚਿੱਠੀ। ਕਿਹਾ ਚਿੱਠੀ ਦੇ ਵਿੱਚ ਵੀ ਨਹਿਰੂ ਨੇ ਖੁਦ ਸ਼ੇਖ ਅਬਦੁੱਲਾ ਨੂੰ ਕਿਹਾ ਸੀ ਕਸ਼ਮੀਰ ਮੁੱਦਾ UNO 'ਚ ਲੈ ਕੇ ਜਾਣਾ ਗਲਤੀ। ਮਿਜ਼ੋਰਮ ਦੇ ਗਵਰਨਰ ਨੂੰ ਮਿਲੇ ZPM ਨੇਤਾ ਲਾਲ ਦੁਹਮਾ, ਸਰਕਾਰ ਬਣਾਉਣ ਦਾ ਦਾਅਵਾ, 8 ਨੂੰ ਚੁੱਕਣਗੇ ਸਹੁੰ। ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਅਮਿਤਾਭ ਬੱਚਨ ਅਤੇ ਅੰਬਾਨੀ ਪਰਿਵਾਰ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਦਿੱਤਾ ਗਿਆ ਸੱਦਾ। ਕਰਨੀ ਸੈਨਾ ਦੇ ਸੁਪਰੀਮੋ ਨੂੰ ਗੋਲੀ ਮਾਰਨ ਵਾਲਾ ਇੱਕ ਨਿਕਲਿਆ ਸੈਨਾ ਦਾ ਜਵਾਨ। ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਬਣਨ ਲਈ BJP ਦੇ 9 ਲੀਡਰਾਂ ਦੀ ਲੱਗੀ ਰੇਸ, ਕਿਸ ਨੂੰ ਮਿਲੇਗੀ ਮੁੱਖ ਮੰਤਰੀ ਕੁਰਸੀ, ਫੈਸਲਾ ਕਰਨਗੇ ਨਰਿੰਦਰ ਮੋਦੀ। ਫੋਰਬਸ 100 ਮੋਸਟ ਪਾਵਰਫੁੱਲ ਵੂਮੈਨ ਦੇ ਵਿੱਚ 4 ਔਰਤਾਂ ਭਾਰਤ ਦੀਆਂ, ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਸ਼ਾਮਲ। 2022 ਦੇ ਵਿੱਚ ਦੇਸ਼ ਭਰ ਦੇ ਵਿੱਚ 2.25 ਲੱਖ ਲੋਕਾਂ ਨੇ ਕੀਤੀ ਆਪਣੀ ਜੀਵਨ ਲੀਲਾ ਖਤਮ। ਹੁਣ ਖਬਰਾਂ ਵਿਸਤਾਰ ਨਾਲ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕੁੱਲ 21 ਲੋਕ ਸਭਾ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਵਿੱਚੋਂ 12 ਲੋਕ ਸਭਾ ਮੈਂਬਰ ਚੋਣਾਂ ਜਿੱਤ ਗਏ ਨੇ, ਜਦਕਿ 9 ਦੀ ਹਾਰ ਹੋਈ ਸੀ। ਜਿੱਤੇ ਹੋਏ 12 ਮੈਂਬਰਾਂ ਦੇ ਵਿੱਚੋਂ 11 ਨੇ ਅਸਤੀਫਾ ਦੇ ਦਿੱਤਾ। ਸਿਰਫ ਰਾਜਸਥਾਨ ਤੋਂ ਚੋਣ ਜਿੱਤਣ ਵਾਲੇ ਬਾਲਕ ਨਾਥ ਨੇ ਹਾਲੇ ਤੱਕ ਅਸਤੀਫਾ ਨਹੀਂ ਦਿੱਤਾ। ਸੰਸਦ ਮੈਂਬਰਸ਼ਿਪ ਛੱਡਣ ਵਾਲਿਆਂ ਵਿੱਚ ਮੱਧ ਪ੍ਰਦੇਸ਼ ਤੋਂ ਨਰਿੰਦਰ ਸਿੰਘ ਤੋਮਰ, ਪ੍ਰਹਲਾਦ ਸਿੰਘ ਪਟੇਲ, ਰਕੇਸ਼ ਸਿੰਘ, ਉਦੇ ਪ੍ਰਤਾਪ ਸਿੰਘ ਅਤੇ ਰੀਤੀ ਪਾਠਕ। ਛੱਤੀਸਗੜ੍ਹ ਤੋਂ ਅਰੁਣ ਸਾਹਿਬ, ਰੇਣੂਕਾ ਸਿੰਘ, ਗੋਮਤੀ ਸਾਏ, ਜਦਕਿ ਰਾਜਸਥਾਨ ਤੋਂ ਰਾਜਵਰਧਨ ਰਾਠੌਰ, ਦੀਆ ਕੁਮਾਰੀ ਅਤੇ ਕਰੋੜੀ ਲਾਲ ਮੀਨਾ ਸ਼ਾਮਲ ਨੇ। ਰਾਜਸਥਾਨ ਦੇ ਵਿੱਚ ਕੁੱਲ 7 ਲੋਕ ਸਭਾ ਮੈਂਬਰਾਂ ਨੇ ਚੋਣ ਲੜੀ ਸੀ, ਜਿਨ੍ਹਾਂ 'ਚੋਂ 4 ਜਿੱਤੇ ਅਤੇ 3 ਨੇ ਅਸਤੀਫਾ ਦੇ ਦਿੱਤਾ। ਜਿੱਤਣ ਵਾਲਿਆਂ 'ਚ ਬਾਬਾ ਬਾਲਕ ਨਾਥ, ਜਿਹੜੇ ਅਲਵਰ ਵਿਧਾਨ ਸਭਾ ਤੋਂ, ਤਜਾਰਾ ਅਲਵਰ ਤੋਂ ਹੁਣ ਵਿਧਾਇਕ ਬਣੇ ਨੇ, ਕਰੋੜੀ ਲਾਲ ਮੀਨਾ ਜਿਹੜੇ ਹੁਣ ਸਵਾਈ ਮਾਧੋਪੁਰ ਤੋਂ ਬਣੇ ਨੇ, ਦੀਆ ਕੁਮਾਰੀ ਜਿਹੜੀ ਵਿਦਿਆਧਰ ਨਗਰ ਤੋਂ ਬਣੇ ਨੇ MLA, ਅਤੇ ਰਾਜਵਰਧਨ ਸਿੰਘ ਰਾਠੌਰ ਝੋਟਵਾੜਾ ਸੀਟ ਤੋਂ MLA ਬਣ ਗਏ ਨੇ। ਅਤੇ ਜਿਹੜੇ ਚੋਣ ਹਾਰ ਗਏ ਨੇ ਉਹਨਾਂ 'ਚ ਨਰਿੰਦਰ ਖੀਚੜ ਜਿਹੜੇ ਮੰਡਾਵਾ ਸੀਟ ਤੋਂ, ਦੇਵਜੀ ਪਟੇਲ ਜਿਹੜੇ ਸੰਚੌਰ ਜਲੌਰ ਤੋਂ, ਬਾਗੀਰਥ ਚੌਧਰੀ ਜਿਹੜੇ ਕਿਸ਼ਨਗੜ੍ਹ ਸੀਟ ਤੋਂ ਚੋਣ ਹਾਰ ਗਏ ਸੀ। ਮੱਧ ਪ੍ਰਦੇਸ਼ 'ਚ 7 ਜਣਿਆਂ ਨੇ ਚੋਣ ਲੜੀ ਸੀ, ਜਿਨ੍ਹਾਂ 'ਚੋਂ 5 ਜਿੱਤੇ ਨੇ ਅਤੇ 5 'ਚੋਂ 4 ਨੇ ਹੁਣ ਤੱਕ ਅਸਤੀਫਾ ਦਿੱਤੇ। ਜਿੱਤਣ ਵਾਲਿਆਂ 'ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਜਿਹੜੇ ਹੁਣ ਦਵਾਨੀ ਦਿਮਣੀ ਹਲਕਾ ਤੋਂ MLA ਚੁਣੇ ਗਏ ਨੇ, ਰਕੇਸ਼ ਸਿੰਘ ਜਿਨ੍ਹਾਂ ਨੇ ਜਬਲਪੁਰ ਤੋਂ ਜਿੱਤੇ ਨੇ, ਉਦੇ ਪ੍ਰਤਾਪ ਸਿੰਘ ਗਾਡਰਵਾਲਾ ਸੀਟ ਤੋਂ, ਰੀਤੀ ਪਾਠਕ ਸੀੜੀ ਸੀਟ ਤੋਂ, ਪ੍ਰਹਲਾਦ ਸਿੰਘ ਪਟੇਲ ਨਰਸਿੰਘਪੁਰ ਤੋਂ ਜਿੱਤੇ ਨੇ। ਜਿਹੜੇ ਹਾਰੇ ਨੇ ਉਹਨਾਂ 'ਚ ਗਣੇਸ਼ ਸਿੰਘ ਅਤੇ ਫੱਗਣ ਸਿੰਘ ਕੁਲਸਤੇ। ਛੱਤੀਸਗੜ੍ਹ ਤੋਂ ਵੀ BJP ਨੇ 4 MP ਮੈਦਾਨ 'ਚ ਉਤਾਰੇ, ਜਿਨ੍ਹਾਂ 'ਚੋਂ ਗੋਮਤੀ ਸਾਏ ਹੁਣ ਉਹ ਪਥਲਗਾਓਂ ਤੋਂ MLA ਬਣ ਚੁੱਕੇ ਨੇ, ਰੇਣੂਕਾ ਸਿੰਘ ਭਰਤਪੁਰ ਸੋਨਹਿਤ ਸੀਟ ਤੋਂ, ਅਰੁਣ ਸਾਓ ਲੋਰਮੀ ਸੀਟ ਤੋਂ MLA ਬਣ ਗਏ ਨੇ, ਜਦਕਿ ਵਿਜੇ ਬਘੇਲ ਉਹ ਪਾਟਨ ਵਿਧਾਨ ਸਭਾ ਹਲਕਾ ਤੋਂ ਚੋਣ ਹਾਰ ਗਏ ਸਨ। ਤੇਲੰਗਾਨਾ ਤੋਂ ਵੀ BJP ਦੇ 3 ਲੋਕ ਸਭਾ ਮੈਂਬਰ ਵਿਧਾਨ ਸਭਾ ਵਾਸਤੇ ਉਹਨਾਂ ਨੇ ਕਿਸਮਤ ਅਜਵਾਈ ਸੀ, ਜਿਨ੍ਹਾਂ 'ਚ ਬਰੰਦੀ ਸੰਜੇ ਕੁਮਾਰ ਇਹ ਵੀ ਚੋਣ ਹਾਰ ਗਏ ਸੀ ਕਰੀਮ ਨਗਰ ਸੀਟ ਤੋਂ, ਧਰਮਪੁਰੀ ਅਰਵਿੰਦ ਇਹ ਕੁਰਾਲਾ ਸੀਟ ਤੋਂ ਹਾਰ ਗਏ ਸੀ, ਸੋਏ ਬਾਬੂ ਇਹ ਬੋਧ ਸੀਟ ਤੋਂ ਚੋਣ ਹਾਰ ਗਏ ਸਨ। ਸੰਸਦ ਦੇ ਤਰਦਰੁਜ ਅਜਲਾਸ ਦੇ 3 ਦਿਨ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 'ਤੇ ਜਵਾਬ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ
ਜਵਾਹਰ ਲਾਲ ਨਹਿਰੂ ਦੀ ਉਹ ਚਿੱਠੀ ਪੜ੍ਹੀ ਹੈ। ਗ੍ਰਹਿ ਮੰਤਰੀ ਕਿਹਾ ਕਿ ਨਹਿਰੂ ਨੇ ਸ਼ੇਖ ਅਬਦੁੱਲਾ ਨੂੰ ਲਿਖਿਆ ਸੀ ਕਿ ਕਸ਼ਮੀਰ ਮੁੱਦਾ UN 'ਚ ਲੈ ਕੇ ਜਾਣਾ ਗਲਤੀ ਹੈ। ਸ਼ਾਹ ਦੇ ਬਿਆਨ 'ਤੇ ਕਾਂਗਰਸ ਪਾਰਟੀ ਸਮੇਤ ਵਿਰੋਧੀਆਂ ਨੇ ਹੰਗਾਮਾ ਕੀਤਾ। ਸ਼ਾਹ ਨੇ ਕਿਹਾ ਕਿ ਮੈਂ ਉਹੀ ਗੱਲਾਂ ਕਹੀਆਂ ਨੇ ਜੋ ਖੁਦ ਨਹਿਰੂ ਨੇ ਅਬਦੁੱਲਾ ਨੂੰ ਕਹੀ ਸੀ। ਸ਼ਾਹ ਨੇ ਵੀ ਕਿਹਾ ਕਿ ਕਸ਼ਮੀਰ ਵਿੱਚ ਹੁਣ ਸੈਨਾ ਜਿੱਤ ਰਹੀ ਆ, ਹੁਣ ਸੀਜ਼ ਫਾਇਰ ਕਰ ਦਿੱਤਾ ਗਿਆ। ਨਹਿਰੂ ਦੀ ਗਲਤੀ ਨਾਲ ਪਾਕਿਸਤਾਨ ਦੇ ਕਬਜ਼ੇ ਵਾਲਾ POK ਬਣ ਗਿਆ ਅਤੇ ਦੇਸ਼ ਦੀ ਜ਼ਮੀਨ ਜਾਣਾ ਨਹਿਰੂ ਦਾ ਬਲੰਡਰ ਸੀ। ਅਮਿਤ ਸ਼ਾਹ ਨੇ ਵੀ ਕਿਹਾ ਕਿ ਇਹ ਬਿੱਲ ਉਹਨਾਂ ਲੋਕਾਂ ਨੂੰ ਅਧਿਕਾਰ ਦਵਾਉਣ ਵਾਲਾ ਬਿੱਲ ਹੈ ਜਿਨ੍ਹਾਂ ਦੀ ਅਣਦੇਖੀ ਹੋਈ ਆ। ਅੱਛੀ ਗੱਲ ਹੈ ਕਿ 6 ਘੰਟੇ ਦੀ ਬਹਿਸ ਵਿੱਚ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ, ਪਰ ਬਿੱਲ 'ਤੇ ਵਿਰੋਧੀ ਧਿਰ ਦੇ ਕੁਝ ਲੋਕਾਂ ਨੇ ਘੱਟ ਕਰਨ ਦਾ ਯਤਨ ਕੀਤਾ। ਕਿਸੇ ਨੇ ਕਿਹਾ ਕਿ ਸਿਰਫ ਨਾਮ ਬਦਲ ਰਿਹਾ, ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਨਾਮ ਵਿੱਚ ਹੀ ਸਨਮਾਨ ਜੁੜਿਆ ਹੈਗਾ। ਮਦਦ ਦੇ ਨਾਲ ਤੋਂ ਜ਼ਿਆਦਾ ਸਨਮਾਨ ਵਿਅਕਤੀ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ। ਜੰਮੂ ਕਸ਼ਮੀਰ ਵਿੱਚ ਮਹਾਰਾਜਾ ਹਰੀ ਸਿੰਘ ਦੇ ਮਰਜ਼ ਦਾ ਨਿਰਣਾ ਲਿਆ ਗਿਆ ਸੀ ਅਤੇ ਉਦੋਂ ਕਈ ਬਦਲਾਵ ਹੋਏ ਨੇ। ਉੱਥੇ ਅੱਤਵਾਦ ਦਾ ਲੰਮਾ ਦੌਰ ਚੱਲਿਆ, ਕਿਸੇ ਨੇ ਵੀ ਉੱਥੇ ਜਿਹੜੇ ਲੋਕਾਂ ਦੀ ਕੇਅਰ ਨਹੀਂ ਕੀਤੀ। ਜਿਨ੍ਹਾਂ ਨੂੰ ਕੇਅਰ ਕਰਨੀ ਸੀ ਉਹ ਇੰਗਲੈਂਡ ਵਿੱਚ ਛੁੱਟੀ ਮਨਾ ਰਹੇ ਸੀ। ਅਗਰ ਉਸ ਸਮੇਂ ਉਹਨਾਂ ਦੇ ਲਈ ਕੰਮ ਕੀਤਾ ਹੁੰਦਾ ਤਾਂ ਉਹ ਉੱਥੇ ਹੁੰਦੇ। ਇਹ ਬਿੱਲ ਉਹਨਾਂ ਨੂੰ ਅਧਿਕਾਰ ਦੇਣ ਵਾਲਾ 1947, 1965, 1971 ਵਿੱਚ ਜੰਮੂ ਕਸ਼ਮੀਰ ਵਿੱਚ 41,844 ਪਰਿਵਾਰ ਜਿਹੜੇ ਨੇ ਉਹ ਉੱਥੋਂ ਗਏ ਸੀ, ਜਿਨ੍ਹਾਂ ਨੂੰ ਛੱਡਣਾ ਪਿਆ। ਇਸ ਬਿੱਲ ਵਿੱਚ ਉਹਨਾਂ ਲੋਕਾਂ ਨੂੰ ਅਧਿਕਾਰ ਮਿਲੇਗਾ। ਡੀਲਿਮੀਟੇਸ਼ਨ ਦੀ ਪ੍ਰਕਿਰਿਆ ਪਵਿੱਤਰ ਨਹੀਂ ਹੈ ਅਤੇ ਲੋਕਤੰਤਰ ਪਵਿੱਤਰ ਨਹੀਂ ਹੋ ਸਕਦਾ। ਡੀਲਿਮੀਨੇਸ਼ਨ ਨੂੰ ਅਸੀਂ ਨਿਆਇਕ ਡੀਲਿਮੀਟੇਸ਼ਨ ਦਾ ਨਾਮ ਦਿੱਤਾ। ਬਿੱਲ ਵਿੱਚ 2 ਸੀਟਾਂ ਘਾਟੀ ਵਿੱਚ ਜਿਹੜੇ ਰਿਫੂਜੀ ਉਹਨਾਂ ਵਾਸਤੇ ਆ, 5 ਨੋਮੀਨੇਟ ਮੈਂਬਰ ਹੋਣਗੇ। ਜੰਮੂ ਕਸ਼ਮੀਰ 'ਚ ਹੁਣ 107 ਸੀਟਾਂ ਦੀ ਜਗ੍ਹਾ 114 ਸੀਟਾਂ ਹੋਣਗੀਆਂ। ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਦ ਜ਼ੋਰਮ ਪੀਪਲਸ ਮੂਵਮੈਂਟ ਦੇ ਨੇਤਾ ਲਾਲ ਦੋਹੁਮਾ ਨੇ ਅੱਜ ਸਰਕਾਰ ਬਣਨ ਦਾ ਦਾਅਵਾ ਕੀਤਾ। ਲਾਲ ਦੋਹੁਮਾ ਨੇ ਸਵੇਰੇ ਆਈਜ਼ੋਲ ਰਾਜਭਵਨ ਵਿੱਚ ਜਾ ਕੇ ਰਾਜਪਾਲ ਹਰੀ ਬਾਬੂ ਕੰਮਪਤੀ ਦੇ ਨਾਲ ਮੁਲਾਕਾਤ ਕੀਤੀ। ਜ਼ੋਰਮ ਪੀਪਲਸ ਮੂਵਮੈਂਟ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਲਾਲ ਦੋਹੁਮਾ ਹਨ। ਉਹ ਮੰਗਲਵਾਰ 8 ਵਜੇ ਉਹਨਾਂ ਨੇ ਮੀਟਿੰਗ ਵੀ ਕੀਤੀ ਆ ਅਤੇ ਹੁਣ ਉਹ ਸਰਕਾਰ ਬਣਾਉਣ ਲਈ ਗਵਰਨਰ ਨੂੰ ਦਾਅਵਾ ਕਰ ਚੁੱਕੇ ਨੇ ਅਤੇ ਜਲਦ ਉਹ ਸਹੁੰ ਚੁੱਕਣਗੇ। ਮਿਜ਼ੋਰਮ ਵਿੱਚ ਕੁੱਲ 40 ਸੀਟਾਂ ਸਨ, ਜਿਨ੍ਹਾਂ ਵਿੱਚੋਂ ZPM ਨੇ 27 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਜਦਕਿ ਜਿਨ੍ਹਾਂ ਦੀ ਸਰਕਾਰ ਸੀ ਮਿਜ਼ੋ ਨੈਸ਼ਨਲ ਫਰੰਟ, ਉਹ 10 ਸੀਟਾਂ ਉਹਨਾਂ ਨੂੰ ਪ੍ਰਾਪਤ ਹੋਈਆਂ, ਸੱਤਾ ਤੋਂ ਬਾਹਰ ਹੋ ਗਈ। ਭਾਰਤੀ ਜਨਤਾ ਪਾਰਟੀ ਨੂੰ 2 ਮਿਲੀਆਂ ਅਤੇ ਕਾਂਗਰਸ ਪਾਰਟੀ ਨੂੰ 1 ਸੀਟ ਮਿਲੀ ਆ। 8 ਦਸੰਬਰ ਨੂੰ ਲਾਲ ਦੋਹੁਮਾ ਬਤੌਰ ਸੂਬੇ ਦੇ ਮੁੱਖ ਮੰਤਰੀ ਵਜੋਂ ਹਲਫ ਲੈਣਗੇ। ਅਯੋਧਿਆ 'ਚ ਬਣ ਰਹੇ ਰਾਮ ਮੰਦਰ ਵਿੱਚ 22 ਜਨਵਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਏਗੀ। ਇਸ ਲਈ 7,000 ਲੋਕਾਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ UP ਯੋਗੀ ਆਦਿੱਤਿਆਨਾਥ, RSS ਸੁਪਰੀਮੋ ਮੋਹਨ ਭਾਗਵਤ ਸਮੇਤ 3,000 VVIP ਦੇ ਨਾਮ ਸ਼ਾਮਿਲ ਹੈ। ਇਸ ਲਿਸਟ ਵਿੱਚ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਵੀ ਸੱਦਾ ਪੱਤਰ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਦੇਸ਼ ਭਰ ਤੋਂ 4,000 ਸਾਧੂ ਸੰਤਾਂ ਨੂੰ ਵੀ ਬੁਲਾਇਆ ਜਾ ਰਿਹਾ। ਰਾਮ ਜਨਮਭੂਮੀ ਤੀਰਥ ਖੇਤਰ ਵਿੱਚ ਸਿਨੇਮਾ ਜਗਤ ਦੇ ਨਾਲ ਜੁੜੀਆਂ ਕੰਗਣਾ ਰਣੌਤ, ਅਮਿਤਾਭ ਬੱਚਨ, ਅਕਸ਼ੇ ਕੁਮਾਰ, ਸਿੰਗਰ ਆਸ਼ਾ ਭੋਂਸਲੇ ਨੂੰ ਵੀ ਬੁਲਾਇਆ ਗਿਆ। ਦੇਸ਼ ਦੇ ਪ੍ਰਮੁੱਖ ਉਦਯੋਗਪਤੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਰਤਨ ਟਾਟਾ ਨੂੰ ਵੀ ਸੱਦਾ ਭੇਜਿਆ ਗਿਆ। ਇਸ ਤੋਂ ਇਲਾਵਾ ਮੀਡੀਆ ਦੇ ਲੋਕਾਂ ਨੂੰ ਵੀ ਬੁਲਾਇਆ ਗਿਆ। ਸ਼੍ਰੀ ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ 50 ਦੇਸ਼ਾਂ ਵਿੱਚੋਂ 1-1 ਪ੍ਰਤੀਨਿਧ ਨੂੰ ਵੀ ਬੁਲਾਉਣ ਦਾ ਯਤਨ ਆ। 50 ਕਾਰ ਸੇਵਕ ਪਰਿਵਾਰ ਦੇ ਲੋਕਾਂ ਨੂੰ ਵੀ ਬੁਲਾਇਆ ਜਾਊਗਾ, ਜਿਨ੍ਹਾਂ ਨੇ
ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾਈ ਸੀ। ਵਿਸ਼ਵ ਹਿੰਦੂ ਪਰਿਸ਼ਦ ਦੇ ਬੁਲਾਰੇ ਸ਼ਰਦ ਸ਼ਰਮਾ ਦੇ ਅਨੁਸਾਰ ਉਹਨਾਂ ਪੱਤਰਕਾਰਾਂ ਨੂੰ ਵੀ ਬੁਲਾਇਆ ਗਿਆ ਜਿਨ੍ਹਾਂ ਨੇ ਰਾਮ ਮੰਦਿਰ ਦੀ ਯਾਤਰਾ ਦੇ ਦੌਰਾਨ ਸਮਰਥਨ ਦਿੱਤਾ। ਉਹਨਾਂ ਪੱਤਰਕਾਰਾਂ ਦਾ ਬਿਨਾਂ ਰਾਮ ਕਿਹਾ ਕਿ ਬਿਨਾਂ ਰਾਮ ਮੰਦਿਰ ਦਾ ਸੰਘਰਸ਼ ਅਧੂਰਾ ਸੀ। ਇਸ ਤੋਂ ਇਲਾਵਾ ਸੰਤਾਂ ਨੂੰ, ਪੁਜਾਰੀਆਂ ਨੂੰ, ਸ਼ੰਕਰਾਚਾਰੀਆਂ ਨੂੰ, ਧਾਰਮਿਕ ਨੇਤਾਵਾਂ ਨੂੰ, ਸੇਵਾ ਮੁਕਤ ਅਫਸਰਾਂ ਨੂੰ, ਸੇਵਾ ਮੁਕਤ ਆਰਮੀ ਦੇ ਅਫਸਰ, ਨਿਆਂ ਪ੍ਰਣਾਲੀ ਦੇ ਨਾਲ ਜੁੜੇ ਹੋਏ ਲੋਕ, ਵਕੀਲ, ਵਿਗਿਆਨਿਕ, ਕਵੀ, ਸੰਗੀਤਕਾਰ, ਪਦਮ ਸ਼੍ਰੀ, ਪਦਮ ਭੂਸ਼ਣ ਨਾਲ ਸਨਮਾਨਿਤ ਹਸਤੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਨੇ। ਇਸ ਤੋਂ ਇਲਾਵਾ ਅਭਿਨੇਤਰੀ ਦੀਪਿਕਾ ਚਿਖਲੀਆ, ਜਿਨ੍ਹਾਂ ਨੇ ਰਮਾਇਣ ਦੇ ਵਿੱਚ ਸੀਤਾ ਮਾਂ ਦਾ ਰੋਲ ਕੀਤਾ ਸੀ, ਅਰੁਣ ਗੋਵਲ, ਜਿਨ੍ਹਾਂ ਨੇ ਰਾਮ ਭਗਵਾਨ ਦਾ ਰੋਲ ਅਦਾ ਕੀਤਾ ਸੀ, ਉਹਨਾਂ ਨੂੰ ਬੁਲਾਇਆ ਜਾਊਗਾ। ਔਰ ਇਸੇ ਤਰ੍ਹਾਂ ਬਾਬਾ ਰਾਮਦੇਵ ਜਿਹੜੇ, ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ। ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾ ਮੇੜੀ ਦੀ ਜੈਪੁਰ 'ਚ ਜਿਹੜੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਇਹਨਾਂ ਵਿੱਚ ਇੱਕ ਸ਼ੂਟਰ ਮਕਰਾਣਾ ਦਾ ਰੋਹਿਤ, ਦੂਸਰਾ ਹਰਿਆਣੇ ਦੇ ਮਹਿੰਦਰਗੜ੍ਹ ਦਾ ਨਿਵਾਸੀ ਨਿਤਿਨ ਫੌਜੀ ਆ। ਨਿਤਿਨ ਹਾਲੇ ਸੈਨਾ ਵਿੱਚ ਆ, ਉਸਨੇ ਹੀ ਗੋਗਾ ਮੇੜੀ ਦੇ ਸਿਰ 'ਚ ਗੋਲੀ ਮਾਰੀ ਸੀ। ਇਸ ਹੱਤਿਆਕਾਂਡ ਜਾਂਚ ਲਈ ਰਾਜਸਥਾਨ ਪੁਲਿਸ ਨੇ SIT ਦਾ ਵੀ ਗਠਨ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਨਿਤਿਨ ਨਵੰਬਰ ਵਿੱਚ ਛੁੱਟੀ ਲੈ ਕੇ ਮਹਿੰਦਰਗੜ੍ਹ ਆਇਆ ਸੀ, ਫਿਰ ਉਹ ਚਲਾ ਗਿਆ। ਘਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਨਿਤਿਨ ਕਿੱਥੇ ਗਿਆ। ਜਦੋਂ ਗੋਗਾ ਮਾੜੀ ਦੀ ਹੱਤਿਆਕਾਂਡ ਦਾ ਵੀਡੀਓ ਆਇਆ ਤਾਂ ਪਰਿਵਾਰ ਵਾਲਿਆਂ ਨੇ ਨਿਤਿਨ ਨੂੰ ਪਛਾਣ ਲਿਆ। ਸ਼ੂਟਰ ਨਿਤਿਨ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਲੋਰਸ ਬਸ਼ਰੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਦੇ ਸੰਪਰਕ ਵਿੱਚ ਸੀ। ਇਹ ਵੀ ਦੱਸਿਆ ਜਾ ਰਿਹਾ ਸੰਪਤ ਨਹਿਰਾ 'ਤੇ ਹੀ ਇਸ ਹੱਤਿਆਕਾਂਡ ਦੀ ਸਾਜਿਸ਼ ਨੂੰ ਅੰਜਾਮ ਦੇਣ ਦਾ ਖਦਸ਼ਾ ਜਿਤਾਇਆ ਜਾ ਰਿਹਾ। ਇਸ ਦਾ ਪਤਾ ਚੱਲਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਹਰਿਆਣਾ ਵਿੱਚ ਛਾਪੇ ਮਾਰੇ, ਨਾਲ ਹੀ ਰਾਜਸਥਾਨ ਸਮੇਤ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਵੀ ਘਟਨਾ ਨਾਲ ਜੁੜੇ ਹੋਰ ਦੋਸ਼ੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਉੱਧਰ ਇਸ ਹੱਤਿਆਕਾਂਡ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦੇਸ਼ ਭਰ 'ਚ ਪ੍ਰਦਰਸ਼ਨ ਸ਼ੁਰੂ ਹੋ ਚੁੱਕਿਆ ਹੈ। ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਨੇ ਰਾਜਸਥਾਨ ਬੰਦ ਦਾ ਸੱਦਾ ਦਿੱਤਾ। ਇਸ ਨੂੰ ਲੈ ਕੇ ਪ੍ਰਦੇਸ਼ ਭਰ ਵਿੱਚ ਬਾਜ਼ਾਰ ਬੰਦ ਨੇ। ਜੈਪੁਰ ਸ਼ਹਿਰ ਵਿੱਚ ਚੱਲਣ ਵਾਲੀ ਲੋ ਫਰੋਰ ਬੱਸਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦਾ ਸਮਰਥਨ ਦਿੱਤਾ ਹੈ। ਖਬਰ ਇਹ ਵੀ ਹੈ ਕਿ ਹਰਿਆਣਾ ਵਿੱਚ ਰੇਡ ਕਰਨ ਪਹੁੰਚੀ ਪੁਲਿਸ ਦੀ ਟੀਮ ਨੂੰ ਇਹ ਵੀ ਪਤਾ ਚੱਲਾ ਗਿਆ ਕਿ ਸੁਖਦੇਵ ਦੀ ਹੱਤਿਆ ਬਾਰੇ 10 ਮਹੀਨੇ ਪਹਿਲਾਂ ਹੀ ਇਨਪੁੱਟ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਇਨਪੁੱਟ ਰਾਜਸਥਾਨ ਨੂੰ ਭੇਜਿਆ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਗੋਗਾ ਮਾੜੀ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ। ਪੰਜਾਬ ਪੁਲਿਸ ਨੇ ਇਹ ਵੀ ਦੱਸਿਆ ਸੀ ਕਿ ਉਸਨੇ ਹੱਤਿਆ ਦੇ ਲਈ AK-47 ਤੱਕ ਦਾ ਵੀ ਇੰਤਜ਼ਾਮ ਕਰਕੇ ਰੱਖਿਆ। ਸੁਖਦੇਵ ਸਿੰਘ ਦੀ ਹੱਤਿਆਕਾਂਡ ਦੀ ਸਾਜਿਸ਼ 1 ਸਾਲ ਪਹਿਲਾਂ ਸੀਕਰ ਵਿੱਚ ਰਾਜਨਿਹਿਤ ਹੱਤਿਆਕਾਂਡ ਦੇ ਨਾਲ ਮਿਲਦੀ ਜੁਲਦੀ ਹੈ। ਜਿਸ ਤਰ੍ਹਾਂ ਸੈਲਫੀ ਦੇ ਬਹਾਨੇ ਕਰੀਬ ਪਹੁੰਚੇ ਬਦਮਾਸ਼ਾਂ ਨੇ ਠੇੜ ਦੀ ਹੱਤਿਆ ਕੀਤੀ ਸੀ, ਉਸੇ ਤਰ੍ਹਾਂ 'ਤੇ ਗੋਗਾ ਮਾੜੀ ਮਰਡਰ ਨੂੰ ਵੀ ਅੰਜਾਮ ਦਿੱਤਾ ਗਿਆ। ਸੁਖਦੇਵ ਨੇ ਕਰੀਬ ਜਾਣ ਲਈ ਸ਼ੂਟਰ 2 ਜਿਹੜੇ ਨੇ ਸਾਫੇ ਖਰੀਦ ਕੇ ਲਿਆਏ ਸੀ। ਪੁਲਿਸ ਨੂੰ ਸੁਰੱਖਿਆ ਨਹੀਂ ਮਿਲੀ ਤਾਂ ਉਹ ਖੁਦ ਹੀ 6 ਨਿੱਜੀ ਜਿਹੜੇ ਗਾਰਡ ਨੇ ਉਹਨੇ ਆਪਣੇ ਨਾਲ ਰੱਖੇ ਸਨ। ਚੋਣ ਜ਼ਾਬਤਾ ਦੇ ਕਾਰਨ ਉਹਨੇ ਹਥਿਆਰ ਜਮ੍ਹਾਂ ਕਰਵਾ ਦਿੱਤੇ ਸੀ। ਰਾਜਸਥਾਨ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ BJP ਲਈ ਸਭ ਤੋਂ ਵੱਡੀ ਸਿਰਦਰਦੀ ਆ ਕਿ ਅਗਲਾ ਮੁੱਖ ਮੰਤਰੀ ਕੌਣ ਹੋ ਗਿਆ, ਕਿ ਲੰਮੀ ਲਿਸਟ ਬਣ ਚੁੱਕੀ ਹੈ। 9 ਜਾਣੇ ਚੋਣ ਮੁੱਖ ਮੰਤਰੀ ਦੀ ਕੁਰਸੀ ਲਈ ਭੱਜ ਦੌੜ ਕਰ ਰਹੇ ਨੇ, ਅਤੇ ਜਿਸ ਕਰਕੇ ਹੁਣ ਫੈਸਲਾ ਦੱਸਿਆ ਜਾ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ BJP ਦੇ ਕੌਮੀ ਪ੍ਰਧਾਨ JP ਨੱਡਾ ਕਰਨਗੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਹਲਚਲ
ਤੇਜ਼ ਹੋ ਚੁੱਕੀ ਹੈ। ਇੱਕ ਪਾਸੇ ਵਸੁੰਧਰਾ ਰਾਜੇ ਰਿਜ਼ਲਟ ਆਉਣ ਤੋਂ ਬਾਅਦ ਹੀ ਐਕਟਿਵ ਹੋ ਗਏ ਨੇ ਔਰ ਪ੍ਰਦੇਸ਼ ਪ੍ਰਧਾਨ CP ਜੋਸ਼ੀ ਵੀ ਸਰਗਰਮ ਹੋ ਚੁੱਕੇ ਨੇ। ਦਿੱਲੀ 'ਚ ਹਲਚਲ ਤੇਜ਼ ਹੈ। ਬਾਬਾ ਬਾਲਕ ਨਾਥ, ਕਰੋੜੀ ਮੀਨਾ ਵੀ ਕਾਫੀ ਐਕਟਿਵ ਹੋ ਚੁੱਕੇ ਨੇ। ਵਸੁੰਧਰਾ ਰਾਜੇ ਤੀਜੀ ਵਾਰ ਮੁੱਖ ਮੰਤਰੀ ਬਣੂਗੀ ਜਾਂ ਫਿਰ ਅਰਜਨ ਮੇਘਵਾਲ ਜਾਂ ਫਿਰ ਕਰੋੜੀ ਮੀਨਾ ਨੂੰ ਬਣਾ ਕੇ ਦਲਿਤ ਜਾਂ ਆਦਿਵਾਸ ਕਾਰਡ ਖੇਲਿਆ ਜਾਊਗਾ। ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਵਸੁੰਧਰੇ ਰਾਜਾ ਦੀ ਜ਼ਿਆਦਾ ਸੰਭਾਵਨਾ, ਕਿਉਂਕਿ ਉਹ ਦੋ ਵਾਰਾਂ ਪਹਿਲਾਂ ਹੀ ਰਹਿ ਚੁੱਕੇ ਨੇ, ਅਤੇ ਇਸ ਕਰਕੇ ਉਹਨਾਂ ਦੇ ਨਾਮ 'ਤੇ ਜ਼ਿਆਦਾ ਚਰਚਾ ਹੈ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਰਾਜਸਥਾਨ ਭਾਰਤੀ ਜਨਤਾ ਪਾਰਟੀ ਨੇ 115 ਸੀਟਾਂ ਜਿੱਤ ਕੇ ਜਿਹੜੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ, ਉਹਦੇ 'ਚ ਵਸੁੰਧਰਾ ਰਾਜੇ ਨੂੰ 60% ਵਿਧਾਇਕਾਂ ਦਾ ਸਮਰਥਨ। ਡਿਨਰ ਪੋਲੀਟਿਕਸ ਦੇ ਵਿੱਚ ਕਰੀਬ 44 ਵਿਧਾਇਕ ਪਹੁੰਚੇ ਸੀ, ਹਾਲਾਂਕਿ ਸਮਰਥਕਾਂ 'ਚ 47 ਜਾਣੇ ਦਾ ਦਾਅਵਾ ਪੇਸ਼ ਕੀਤਾ ਗਿਆ। 3 ਵਿਧਾਇਕ ਨੇ ਉਹ ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਬਣਾਉਣ ਦੀ ਪੈਰਵਾਈ ਕਰ ਰਹੇ ਨੇ ਅਤੇ ਉਹ ਦਿੱਲੀ ਡੇਰੇ ਲਾ ਕੇ ਬੈਠੇ ਹੋਏ ਨੇ। ਵਸੁੰਧਰਾ ਰਾਜੇ ਨੇ ਕਰੀਬ 50 ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ, ਇਹਦੇ 'ਚ 36 ਜਗ੍ਹਾ 'ਤੇ BJP ਜਿੱਤੀ ਆ। ਅਤੇ ਕੁਝ ਵਿਧਾਇਕਾਂ ਨੇ ਦੱਸਿਆ ਜਾ ਰਿਹਾ, ਇਹ ਵੀ ਕਹਿ ਦਿੱਤਾ ਕਿ ਰਾਜੇ ਇਸ ਲਈ ਉਹ ਜਿੱਤੇ ਨੇ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਵਸੁੰਧਰਾ ਰਾਜੇ ਆਈ ਸੀ। ਬਾਕੀ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰ, ਉਹਨਾਂ 'ਚ ਕੇਂਦਰੀ ਮੰਤਰੀ ਅਰਜੁਨ ਮੇਘਵਾਲ, ਸਾਂਸਦ ਬਾਬਾ ਬਾਲਕ ਨਾਥ, ਕਰੋੜੀ ਮੀਨਾ, ਦੀਆ ਕੁਮਾਰੀ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ, ਅਸ਼ਵਨੀ ਵੈਸ਼ਨਵ ਦੇ ਵੀ ਪ੍ਰਮੁੱਖ ਨਾਮ ਨੇ। ਇਸ ਤੋਂ ਇਲਾਵਾ ਸੂਬਾ ਪ੍ਰਧਾਨ CP ਜੋਸ਼ੀ ਅਤੇ ਛੱਤੀਸਗੜ੍ਹ ਦੇ ਚੋਣ ਪ੍ਰਭਾਰੀ ਓਮ ਮਾਥਰ ਦਾ ਵੀ ਨਾਮ ਸ਼ਾਮਲ ਨੇ। ਹੁਣ ਫੈਸਲਾ ਹਾਈਕਮਾਨ ਨੇ ਕਰਨਾ ਕਿ ਇਹਨਾਂ ਨੌਵਾਂ ਦੇ ਵਿੱਚੋਂ ਕਿਹੜਾ ਮੁੱਖ ਮੰਤਰੀ ਰਾਜਸਥਾਨ ਲਈ ਬਣਾਇਆ ਜਾਏਗਾ। ਫੋਰਬਸ ਦੀ 100 ਸਭ ਤੋਂ ਪਾਵਰਫੁਲ ਔਰਤਾਂ ਦੀ ਲਿਸਟ ਜਾਰੀ ਕਰ ਦਿੱਤੀ। ਇਹਦੇ 'ਚ 4 ਭਾਰਤ ਦੀਆਂ ਵੀ ਔਰਤਾਂ ਨੇ ਜਿਨ੍ਹਾਂ ਨੂੰ ਜਗ੍ਹਾ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 32ਵੇਂ ਸਥਾਨ 'ਤੇ ਨੇ ਲਿਸਟ ਵਿੱਚ। ਜਿਹੜੇ 3 ਹੋਰ ਭਾਰਤੀ ਔਰਤਾਂ ਸ਼ਾਮਲ ਨੇ ਉਹਨਾਂ ਦੇ ਵਿੱਚ HCL ਕਾਰਪੋਰੇਸ਼ਨ ਦੀ CEO ਰੋਸ਼ਨੀ ਨਡਾਰ ਮਲਹੋਤਰਾ, ਜਿਨ੍ਹਾਂ ਦਾ ਨੰਬਰ 60 ਦੱਸਿਆ ਗਿਆ ਰੈਂਕ 'ਤੇ, ਸਟੀਲ ਅਥਾਰਟੀ ਆਫ ਇੰਡੀਆ ਦੀ ਚੇਅਰਪਰਸਨ ਸੋਮਾ ਮਡਾਲ, ਜਿਨ੍ਹਾਂ ਦਾ ਇਸ ਸੂਚੀ ਦੇ ਵਿੱਚ 70ਵਾਂ ਨੰਬਰ ਹੈ, ਅਤੇ ਬਾਇਓਕੌਨ ਦੀ ਫਾਊਂਡਰ ਕਿਰਨ ਮਜੂਮਦਾਰ, ਉਹਨਾਂ ਦਾ ਇਸ ਸੂਚੀ ਵਿੱਚ 76ਵਾਂ ਨੰਬਰ ਹੈ। ਇਹ 5ਵੀਂ ਵਾਰ ਮੌਕਾ ਜਦ ਨਿਰਮਲਾ ਸੀਤਾਰਮਨ ਨੂੰ ਇਸ ਲਿਸਟ ਦੇ ਵਿੱਚ ਜਗ੍ਹਾ ਦਿੱਤੀ ਗਈ ਆ। ਪਿਛਲੇ ਸਾਲ ਉਹਦਾ ਇਸ ਲਿਸਟ ਦੇ ਵਿੱਚ 36ਵਾਂ ਨੰਬਰ ਸੀ ਔਰ 4 ਇਸ ਵਾਰ ਉਹ ਸਟੈਪ ਉੱਪਰ ਆ, ਅਤੇ 2021 ਦੀ ਜਦੋਂ ਲਿਸਟ ਆਈ ਉਹਦੇ ਵਿੱਚ ਉਦੋਂ 37ਵਾਂ ਸਥਾਨ ਸੀ। ਇਸ ਸੂਚੀ ਵਿੱਚ ਜਿਹੜੀ ਸਾਲਾਨਾ ਜਿਹੜੀ ਦੁਨੀਆ ਭਰ ਦੀਆਂ ਸ਼ਕਤੀਸ਼ਾਲੀ ਔਰਤਾਂ ਨੂੰ ਸ਼ਾਮਲ ਕੀਤਾ ਜਾਂਦਾ ਜਿਹੜੀਆਂ ਆਪਣੇ ਆਪਣੇ ਦੇਸ਼ਾਂ ਵਿੱਚ ਪਾਵਰਫੁਲ ਆ, ਔਰ ਯੂਰਪੀਨ ਕਮਿਸ਼ਨ ਦੀ ਪ੍ਰਮੁੱਖ ਉਰਸਲਾ ਵੌਨ ਡੇਰ ਲਿਓਨ ਟੌਪ 'ਤੇ 1 ਨੰਬਰ 'ਤੇ ਉਹਨਾਂ ਦਾ ਨਾਮ ਆ। ਉਸ ਤੋਂ ਬਾਅਦ ਯੂਰਪੀਅਨ ਸੈਂਟਰਲ ਬੈਂਕ ਦੀ ਬਰੋਸ ਕ੍ਰਿਸਟੀਨ ਲਗੌਰਡ 2 ਨੰਬਰ 'ਤੇ, ਅਮੈਰੀਕਾ ਦੀ ਉਪ ਰਾਸ਼ਟਰਪਤੀ ਕਮਲ ਹੈਰਿਸ 3 ਸਥਾਨ 'ਤੇ ਆ, ਔਰ 4 'ਤੇ ਨੇ ਜੀਓ ਜੋਰਜੀ ਮਲਾਉਨੀ ਇਟਲੀ ਦੇ ਨੇ, 5ਵੇਂ ਨੰਬਰ 'ਤੇ ਟੇਲਰ ਸਵਿਫਟ ਅਮੈਰੀਕਾ ਦੇ ਨੇ, ਕਰੇਨ ਲਿੰਚ ਅਮੈਰੀਕਾ ਦੀ ਉਹ 6ਵੇਂ ਨੰਬਰ 'ਤੇ ਆ, ਜੇਨ ਫਰੈਜਰ ਅਮੈਰੀਕਾ ਦੀ 7ਵੇਂ ਨੰਬਰ 'ਤੇ ਆ, ਅਬੀਗੇਲ ਜੌਨਸਨ ਅਮੈਰੀਕਾ ਦੇ 8ਵੇਂ ਨੰਬਰ 'ਤੇ, ਮੈਰੀ ਬਰਾ ਅਮੈਰੀਕਾ ਦੇ 9ਵੇਂ ਨੰਬਰ 'ਤੇ, ਮਲੈਂਡਾ ਫਰੈਂਚ ਗੇਟਸ ਇਹ ਵੀ ਅਮੈਰੀਕਾ ਦੇ ਜਿਹੜੇ ਟੌਪ ਦੇ ਜਿਹੜੇ 10 ਜਾਣੇ ਨੇ ਉਹਨਾਂ 'ਚ ਅਗਰ ਭਾਰਤੀ ਮੂਲ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਅਮੈਰੀਕਾ ਦੇ ਉਪ ਰਾਸ਼ਟਰਪਤੀ ਕਮਲ ਹੈਰਿਸ, ਜਿਨ੍ਹਾਂ ਦੇ ਨਾਲ ਭਾਰਤ ਦਾ ਨਾਤਾ, ਉਹ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਅਮੈਰੀਕਾ ਦੀ ਬਿਜ਼ਨਸ ਮੈਗਜ਼ੀਨ ਹਰ ਸਾਲ ਦੁਨੀਆ ਦੀਆਂ 100 ਪਾਵਰਫੁਲ ਤਾਕਤਵਰ
ਔਰਤਾਂ ਦੀ ਸੂਚੀ ਜਾਰੀ ਕਰਦਾ। ਉਹਦੇ 'ਚ ਚਾਰ ਪ੍ਰਮੁੱਖ ਫੈਕਟਰ ਦੇ ਆਧਾਰ 'ਤੇ ਰੈਂਕਿੰਗ ਨਿਰਧਾਰਿਤ ਕੀਤੀ ਜਾਂਦੀ ਹੈ, ਪੈਸਾ, ਮੀਡੀਆ, ਪ੍ਰਭਾਵ ਅਤੇ ਪ੍ਰਭਾਵ ਦੇ ਖੇਤਰ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਸਾਲ 2022 ਦੀ ਰਿਪੋਰਟ 'ਚ ਦੱਸਿਆ ਕਿ ਪਿਛਲੇ ਸਾਲ ਦੇਸ਼ ਭਰ ਦੇ ਵਿੱਚ ਆਪਣੀ ਜੀਵਨ ਲੀਲਾ ਖਤਮ ਕਰਨ ਵਾਲਿਆਂ ਦੀ ਗਿਣਤੀ 1,71,000 ਸੀ, ਜਿਹੜੇ ਮਾਮਲੇ ਰਿਕਾਰਡ ਕੀਤੇ ਗਏ ਨੇ। ਮਤਲਬ ਹਰ ਦਿਨ 468 ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ। 3 ਦਸੰਬਰ ਨੂੰ NCRB ਦੀ ਜਾਰੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਆਪਣੀ ਜੀਵਨ ਲੀਲਾ ਖਤਮ ਕੀਤੀ ਗਈ, ਇੱਥੇ 22,746 ਲੋਕਾਂ ਨੇ। ਤਾਮਿਲਨਾਡੂ ਦੇ ਵਿੱਚ 19,834, ਮੱਧ ਪ੍ਰਦੇਸ਼ ਦੇ ਵਿੱਚ 15,386 ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ 11,290 ਜਿਹੜੇ ਲੋਕ ਸੀ ਉਹ ਖੇਤ ਮਜ਼ਦੂਰ ਸਨ, ਅਤੇ ਇਹਨਾਂ ਵਿੱਚੋਂ 5,207 ਕਿਸਾਨ, ਜਦਕਿ 6,083 ਖੇਤ ਮਜ਼ਦੂਰ ਸਨ। ਇਸ ਹਿਸਾਬ ਦੇ ਨਾਲ ਹਰ ਦਿਨ 30 ਮਜ਼ਦੂਰਾਂ ਜਾਂ ਕਿਸਾਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਆ। 2021 ਦੀ ਤੁਲਨਾ ਦੇ ਵਿੱਚ 3.7% ਫੀਸਦੀ ਜ਼ਿਆਦਾ ਨੇ। 2021 ਵਿੱਚ ਖੇਤੀਬਾੜੀ ਨਾਲ ਜੁੜੇ ਲੋਕਾਂ ਨੇ ਜਿਨ੍ਹਾਂ ਨੇ ਜੀਵਨ ਲੀਲਾ ਖਤਮ ਕੀਤੀ ਸੀ ਉਹਨਾਂ ਦੀ ਗਿਣਤੀ 10,881 ਸੀ। ਇਹਨਾਂ ਵਿੱਚ 53,118 ਕਿਸਾਨ ਅਤੇ 5,563 ਖੇਤ ਮਜ਼ਦੂਰ ਸਨ। ਬੰਦਿਆਂ ਦੀ ਜਿਹੜੀ ਗਿਣਤੀ ਕਿਸਾਨਾਂ ਦੇ ਵਿੱਚ ਉਹ 4,999, ਜਦਕਿ ਔਰਤਾਂ ਦੀ ਗਿਣਤੀ 208 ਸੀ। ਅਗਰ ਦੇਸ਼ ਦੇ ਮਹਾਂਨਗਰਾਂ ਦੀ ਗੱਲ ਕੀਤੀ ਜਾਵੇ, ਦਿੱਲੀ ਵਿੱਚ ਸਭ ਤੋਂ ਜ਼ਿਆਦਾ 3,367, ਬੰਗਲੌਰ 'ਚ 2,313, ਚੇਨਈ 'ਚ 1,581, ਮੁੰਬਈ 'ਚ 1,501 ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਦਿੱਲੀ ਵਿੱਚ 2021 ਦੀ ਤੁਲਨਾ ਵਿੱਚ ਆਪਣੀ ਜੀਵਨ ਲੀਲਾ ਖਤਮ ਕਰਨ ਵਾਲਿਆਂ ਵਿੱਚ 21% ਇਜਾਫਾ ਹੋਇਆ। ਦੇਸ਼ ਵਿੱਚ ਕੁੱਲ 2021 ਦੇ ਮੁਕਾਬਲੇ ਦਿੱਲੀ ਦਾ ਅੰਕੜਾ 4.2 ਨੈਸ਼ਨਲ ਐਵਰੇਜ 'ਤੇ, ਜਿੱਥੇ ਸਭ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਜੀਵਨ ਲੀਲਾ ਖਤਮ ਕਰਨ ਵਾਲੇ ਦੇ ਜ਼ਿਆਦਾਤਰ ਫੈਮਿਲੀ ਪ੍ਰੋਬਲਮਸ, ਬਿਮਾਰੀ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ, ਜਾਂ ਪਿਆਰ ਮੁਹੱਬਤ ਜਾਂ ਵਿਆਹ ਦੇ ਵਿੱਚ ਤੋਂ ਬਾਅਦ ਪ੍ਰੋਬਲਮ ਦੇ ਕਾਰਨ, ਇਹਨਾਂ ਲੋਕਾਂ ਦੀ ਗਿਣਤੀ 9.3, 4.1 ਮਾਮਲਿਆਂ ਵਿੱਚ ਲੋਕਾਂ ਨੇ ਜਾਂ ਕਰਜ਼ਾ ਜਾਂ ਦਿਵਾਲੀਆਪਨ ਦੇ ਕਾਰਨ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ। ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।